12ਵੀਂ ਜਮਾਤ ਦੇ ਪੰਜਾਬੀ 54ਵਾਂ ਵਿਸ਼ੇ ਨਾਲ ਜੁੜੇ ਵਿਦਿਆਰਥੀ ਅਤੇ ਉਹਨਾਂ ਦੇ ਨਾਲ ਐਡੂਸੈਟ ਕਮਰਿਆਂ ਦੇ ਵਿੱਚ ਪਹੁੰਚੇ ਪੰਜਾਬੀ ਲੈਕਚਰਰ ਜੀਓ, ਆਪ ਸਭਨਾਂ ਦਾ ਅੱਜ ਦੇ ਇਸ ਪਾਠ ਵਿੱਚ ਮੇਰੇ ਯਾਨੀ ਹਰਮੀਤ ਕੌਰ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ। ਅੱਜ ਦਾ ਇਹ ਪਾਠ ਗੁਰੂ ਅੰਗਦ ਦੇਵ ਜੀ ਦੀ ਰਚਨਾ 'ਤੇ ਆਧਾਰਿਤ ਹੈ। ਗੁਰੂ ਅੰਗਦ ਦੇਵ ਜੀ ਦੀਆਂ ਰਚਨਾਵਾਂ, ਬੱਚਿਓ ਤੁਸੀਂ ਪੰਜਾਬੀ 54ਵਾਂ ਵਿਸ਼ਾ ਦੇ ਨਾਲ ਜੁੜੇ ਹੋਏ ਹੋ, ਅਪ੍ਰੈਲ ਤੋਂ ਹੀ 12ਵੀਂ ਜਮਾਤ ਦਾ ਪਾਠਕ੍ਰਮ ਜਿਹੜਾ ਉਹ ਤੁਸੀਂ ਪੜ੍ਹ ਰਹੇ ਹੋ। 3 ਕਿਤਾਬਾਂ ਤੁਸੀਂ ਇਸ ਸਾਲ ਦੇ ਦੌਰਾਨ, ਇਸ ਵਿੱਦਿਅਕ ਵਰ੍ਹੇ ਦੇ ਦੌਰਾਨ ਪੜ੍ਹਦੇ ਹੋ ਆਪਣੇ ਪਾਠਕ੍ਰਮ ਦੇ ਦੌਰਾਨ ਪੰਜਾਬੀ 54ਵੇਂ ਵਿਸ਼ੇ ਦੀਆਂ। ਉਹਦੇ ਵਿੱਚੋਂ ਇੱਕ ਕਿਤਾਬ ਹੈ ਪੰਜਾਬੀ ਕਵਿਤਾ ਦੇ ਨਾਲ ਸੰਬੰਧਿਤ, ਪੰਜਾਬੀ ਕਾਵਿ ਦੇ ਨਾਲ ਸੰਬੰਧਿਤ, ਮੱਧਕਾਲੀਨ ਪੰਜਾਬੀ ਕਾਵਿ। ਉਸ ਕਿਤਾਬ ਦੇ ਵਿੱਚੋਂ ਸਾਡਾ ਅੱਜ ਦਾ ਜੋ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਉਹ ਉਸ ਵਿੱਚੋਂ ਲਿਆ ਗਿਆ ਹੈ। ਉਸ ਦੇ ਵਿੱਚ ਗੁਰਮਤਿ ਕਾਵਿ ਦੇ ਅੰਤਰਗਤ ਇਹ ਟੌਪਿਕ ਤੁਸੀਂ ਪੜ੍ਹਦੇ ਹੋ। ਗੁਰੂ ਅੰਗਦ ਦੇਵ ਜੀ ਦੇ ਬਾਰੇ ਵਿੱਚ ਥੋੜ੍ਹੀ ਜਿਹੀ ਜਾਣਕਾਰੀ ਕੁਛ ਤੁਹਾਨੂੰ ਪਹਿਲਾਂ ਤੋਂ ਹੀ ਹੈ ਕਿਉਂਕਿ ਤੁਸੀਂ ਇਤਿਹਾਸ ਵੀ ਪੜ੍ਹਦੇ ਹੋ ਅਤੇ ਛੋਟੀਆਂ ਜਮਾਤਾਂ ਦੇ ਵਿੱਚ ਵੀ ਤੁਸੀਂ ਸਿੱਖ ਗੁਰੂਆਂ ਬਾਰੇ, ਸਿੱਖ ਇਤਿਹਾਸ ਬਾਰੇ ਜਾਣਕਾਰੀ ਲੈ ਕੇ ਹੀ ਆਇਓ। ਤਾਂ ਗੁਰੂ ਅੰਗਦ ਦੇਵ ਜੀ ਅਸੀਂ ਜਾਣਦੇ ਹਾਂ ਕਿ ਸਿੱਖ ਧਰਮ ਦੇ ਵਿੱਚ ਦੂਜੇ ਗੁਰੂ ਹੋਏ ਅਤੇ ਉਹਨਾਂ ਦੇ ਜੀਵਨ ਦੇ ਥੋੜ੍ਹੇ ਜਿਹੇ ਵੇਰਵੇ ਅਸੀਂ ਸਾਂਝੇ ਕਰਦੇ ਹਾਂ। ਦੁਬਾਰਾ ਤੋਂ ਉਹਨਾਂ ਬਾਰੇ ਥੋੜ੍ਹੀ ਜਾਣਕਾਰੀ ਲੈਂਦੇ ਹਾਂ। ਉਹਨਾਂ ਦਾ ਜੀਵਨ ਸਮਾਂ 1504 ਤੋਂ ਲੈ ਕੇ 1552 ਈਸਵੀ ਤੱਕ ਦਾ ਮੰਨਿਆ ਗਿਆ ਹੈ ਅਤੇ ਉਹਨਾਂ ਦਾ ਜਨਮ ਸਥਾਨ ਪਿੰਡ ਮੱਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਭਾਈ ਫੇਰੂਮਾਲ ਜੀ ਸੀ ਅਤੇ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ। ਘਰਦਿਆਂ ਨੇ ਉਹਨਾਂ ਦਾ ਨਾਮ ਭਾਈ ਲਹਿਣਾ ਰੱਖਿਆ ਸੀ, ਪਰ ਜਦੋਂ ਉਹ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਆਏ, ਉਹਨਾਂ ਦੇ ਨਾਲ ਰਹੇ, ਉਹਨਾਂ ਦੀ ਸੰਗਤ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਨਾਮ ਜਿਹੜਾ ਬਦਲ ਕੇ ਅੰਗਦ ਰੱਖ ਦਿੱਤਾ ਸੀ ਅਤੇ 28 ਸਾਲ ਦੀ ਉਮਰ ਜਦੋਂ ਸੀ ਭਾਈ ਲਹਿਣਾ ਜੀ ਦੀ ਤਾਂ ਉਹ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਆਏ, ਉਹਨਾਂ ਦੀਆਂ ਸਿੱਖਿਆਵਾਂ ਨੂੰ ਮੰਨਣ ਲੱਗੇ ਅਤੇ ਉਹਨਾਂ ਦੀ ਸੰਗਤ ਕਰਨ ਲੱਗੇ ਅਤੇ ਉਹਨਾਂ ਦਾ ਜਿਹੜਾ ਮਨ ਸੀ ਬਹੁਤ ਜ਼ਿਆਦਾ ਭਗਤੀ ਭਾਵ ਨਾਲ ਭਰਿਆ ਹੋਇਆ ਸੀ। ਗੁਰੂ ਸੇਵਾ ਕਰਕੇ ਉਹਨਾਂ ਦਾ ਮਨ ਪ੍ਰਸੰਨ ਸੀ ਅਤੇ ਉਹਨਾਂ ਦੇ ਇਸੇ ਹੀ ਸੇਵਾ ਭਾਵ ਨੂੰ ਦੇਖਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਗੁਰਿਆਈ ਸੌਂਪੀ ਅਤੇ ਉਹ ਦੂਸਰੇ ਜਿਹੜੇ ਗੁਰੂ ਨੇ ਸਿੱਖ ਗੁਰੂ, ਸਿੱਖ ਧਰਮ ਦੇ ਵਿੱਚ ਦੂਜੇ ਗੁਰੂ ਅਖਵਾਏ। ਸੋ ਇਹ ਥੋੜ੍ਹੀ ਜਿਹੀ ਜਾਣਕਾਰੀ ਉਹਨਾਂ ਦੇ ਜੀਵਨ ਬਾਰੇ। ਤੁਹਾਡੇ ਸਾਹਮਣੇ ਸਕਰੀਨ 'ਤੇ ਇਹ ਜਿਹੜੇ ਵੇਰਵੇ ਨੇ ਉਹ ਲਿਖ ਕੇ ਵੀ ਆ ਰਹੇ ਨੇ, ਨਾਲੋ ਨਾਲ ਨੋਟਸ ਬਣਾਉਣ ਦੀ ਆਦਤ ਬੱਚਿਓ ਜ਼ਰੂਰ ਪਾਓ। ਹਰ ਬੱਚਾ ਜੋ ਪੰਜਾਬੀ ਸਾਹਿਤ ਦੇ ਨਾਲ ਜੁੜਿਆ ਹੋਇਆ, ਮੇਰੀ ਉਸ ਅੱਗੇ ਗੁਜ਼ਾਰਿਸ਼ ਹੈ ਕਿ ਤੁਸੀਂ ਲੈਕਚਰ ਨੂੰ ਸਿਰਫ ਸੁਣਨ ਦੀ ਬਜਾਏ ਨਾਲ ਨਾਲ ਲਿਖਣ ਅਤੇ ਨੋਟ ਕਰਨ ਦੀ ਆਦਤ ਜ਼ਰੂਰ ਅਪਣਾ ਲਵੋ। ਇਹ ਬਹੁਤ ਚੰਗੀ ਆਦਤ ਹੈ ਅਤੇ ਤੁਹਾਡੇ ਲਈ, ਤੁਹਾਡੀਆਂ ਆਉਣ ਵਾਲੀਆਂ ਅਗਲੀਆਂ ਜਮਾਤਾਂ ਦੇ ਵਿੱਚ ਵੀ ਸਹਾਈ ਸਿੱਧ ਹੋਏਗੀ। ਜਦੋਂ ਬਹੁਤ ਸਾਰਾ ਸਿਲੇਬਸ ਹੋ ਜਾਂਦਾ ਹੈ, ਬਹੁਤ ਜ਼ਿਆਦਾ ਪਾਠਕ੍ਰਮ ਹੋ ਜਾਂਦਾ ਹੈ, ਤਾਂ ਤੁਸੀਂ ਸਿਰਫ ਸੁਣੇ ਸੁਣਾਏ ਲੈਕਚਰ ਜਿਹੜੇ ਆ ਉਹ ਨਹੀਂ ਪੇਪਰਾਂ ਦੇ ਵਿੱਚ ਰਿਕਵਰ ਕਰ ਸਕਦੇ। ਤੁਸੀਂ ਲਿਖ ਕੇ ਜਦੋਂ ਨੋਟਸ ਬਣਾਉਣੇ ਹੋ ਤਾਂ ਉਹ ਜ਼ਿਆਦਾ ਸਮੇਂ ਤੱਕ ਯਾਦ ਰਹਿੰਦਾ। ਸੋ ਲਿਖ ਕੇ ਜ਼ਰੂਰ ਨੋਟਸ ਬਣਾਓ। ਗੁਰੂ ਅੰਗਦ ਦੇਵ ਜੀ ਦੇ ਬਾਰੇ ਵਿੱਚ, ਉਹਨਾਂ ਦੇ ਜੀਵਨ ਬਾਰੇ ਵਿੱਚ ਅਸੀਂ ਥੋੜ੍ਹੀ ਜਿਹੀ ਜਾਣਕਾਰੀ ਲੈ ਲਈ। ਹੁਣ ਗੱਲ ਕਰਦੇ ਹਾਂ ਅੱਗੇ ਉਹਨਾਂ ਦੀਆਂ ਰਚਨਾਵਾਂ ਬਾਰੇ, ਕਿਉਂਕਿ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਕੇਂਦਰਿਤ ਹੈ ਉਹਨਾਂ ਦੀਆਂ ਰਚਨਾਵਾਂ ਬਾਰੇ। ਗੁਰੂ ਅੰਗਦ ਦੇਵ ਜੀ ਦੀ ਜਿਹੜੀ ਬਾਣੀ ਆ, ਜਿਹੜੀ ਰਚਨਾ ਹੈ, ਉਹ ਸਲੋਕਾਂ ਦੇ ਰੂਪ ਵਿੱਚ ਹੈ ਅਤੇ ਗਿਣਤੀ ਦੇ ਵਿੱਚ ਇਹ ਸਲੋਕ 62 ਹਨ। ਕੁੱਲ 62 ਸਲੋਕ ਉਹਨਾਂ ਦੇ ਮਿਲਦੇ ਆ ਜੋ ਦਰਜ ਹਨ ਅਲੱਗ ਅਲੱਗ ਵਾਰਾਂ ਦੇ ਵਿੱਚ। ਉਹਨਾਂ ਦੀ ਜਿਹੜੀ ਰਚਨਾ ਹੈ ਉਸਦਾ ਮੁੱਖ ਵਿਸ਼ਾ ਗੁਰੂ ਭਗਤੀ, ਗੁਰੂ ਦਾ ਸਤਿਕਾਰ ਕਿਵੇਂ ਕਰਨਾ, ਕਿਸ ਤਰ੍ਹਾਂ ਦੇ ਨਾਲ ਆਪਣਾ ਮਨ ਭਗਤੀ ਭਾਵ ਵਿੱਚ ਰੱਖਣਾ ਅਤੇ ਮਨ ਦੇ ਅੰਦਰ ਸੇਵਾ ਭਾਵ, ਇਹ ਦੋ ਵਿਸ਼ੇ ਉਹਨਾਂ ਦੀ ਰਚਨਾ ਦਾ ਮੂਲ ਵਿਸ਼ਾ ਨੇ।
ਇਸੇ ਤੇ ਹੀ ਸਾਰੀ ਉਹਨਾਂ ਦੀ ਰਚਨਾ ਸਾਰੀ ਉਹਨਾਂ ਦੀ ਬਾਣੀ ਆਧਾਰਿਤ ਹੈ। ਉਹਨਾਂ ਨੇ ਆਪਣੇ ਇਹਨਾਂ ਸਲੋਕਾਂ ਦੇ ਰਾਹੀਂ ਵਧੀਆ ਜੀਵਨ ਲਈ, ਸੁਚੱਜੇ ਜੀਵਨ ਲਈ ਬਹੁਤ ਸਾਰੇ ਸੁਝਾਅ ਦਿੱਤੇ ਆ। ਬਹੁਤ ਸੌਖੀ ਅਤੇ ਸਾਦਾ ਬੋਲੀ ਵਿੱਚ, ਬੋਲੀ ਉਹਨਾਂ ਦੀ ਇੰਨੀ ਸੌਖੀ ਅਤੇ ਸਰਲ ਹੈ ਕਿ ਹਰੇਕ ਨੂੰ ਪੜ੍ਹਦਿਆਂ ਸਮਝ ਲੱਗਦੀ ਆ। ਸੋ ਅਸੀਂ ਚੰਗਾ ਜੀਵਨ, ਵਧੀਆ ਜੀਵਨ ਕਿਸ ਤਰ੍ਹਾਂ ਬਤੀਤ ਕਰ ਸਕਦੇ ਹਾਂ ਗੁਰੂ ਦੀ ਭਗਤੀ ਵਿੱਚ, ਅਤੇ ਆਪਣੇ ਮਨ ਨੂੰ ਸੇਵਾ ਭਾਵ ਦੇ ਵਿੱਚ ਕਿਸ ਤਰ੍ਹਾਂ ਰੱਖ ਸਕਦੇ ਹਾਂ, ਇਹ ਸੁਝਾਅ ਉਹਨਾਂ ਦੀ ਰਚਨਾ ਦੇ ਵਿੱਚ ਸਾਨੂੰ ਮਿਲਦੇ ਆ। ਅਤੇ ਇੱਕ ਉਹਨਾਂ ਦਾ ਹੋਰ ਬਹੁਤ ਵੱਡਾ ਯੋਗਦਾਨ ਪੰਜਾਬੀ ਲਿਪੀ ਲਈ ਆ। ਜਿਹੜੀ ਸਾਡੀ ਅਜੋਕੀ ਲਿਪੀ ਆ ਜਿਸ ਨੂੰ ਅਸੀਂ ਵਰਤਦੇ ਹਾਂ, ਅਤੇ ਗੁਰਮੁਖੀ ਲਿਪੀ ਉਸਦਾ ਨਾਮ ਪੜ੍ਹਦੇ ਹਾਂ, ਉਸ ਨੂੰ ਜੋ ਹੁਣ ਦੀ ਤਰਤੀਬ ਆ, ਜਿਸ ਤਰੀਕੇ ਦੇ ਨਾਲ ਅਸੀਂ ਅੱਜ ਦੀ ਤਰੀਕੇ ਨਾਲ ਪੜ੍ਹ ਰਹੇ ਹਾਂ, ਇਹ ਤਰਤੀਬ ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ਦਿੱਤੀ, ਅਤੇ ਇਸੇ ਕਰਕੇ ਹੀ ਇਸ ਲਿਪੀ ਦਾ ਨਾਮ ਗੁਰਮੁਖੀ ਲਿਪੀ ਪਿਆ। ਕਈ ਵਾਰੀ ਕਿਤਾਬਾਂ ਦੇ ਵਿੱਚ ਇਹ ਵੀ ਲਿਖਿਆ ਮਿਲ ਜਾਂਦਾ, ਖਾਸ ਕਰ ਪੁਰਾਣੀਆਂ ਕਿਤਾਬਾਂ ਦੇ ਵਿੱਚ, ਕਿ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ, ਤਾਂ ਇਸ ਕਰਕੇ ਇਸ ਨੂੰ ਨਾਮ ਜਿਹੜਾ ਹੈ ਗੁਰਮੁਖੀ ਲਿਪੀ ਦਾ ਦਿੱਤਾ ਗਿਆ। ਪਰ ਇਸ ਤਰ੍ਹਾਂ ਨਹੀਂ ਸੀ, ਇਹ ਲਿਪੀ ਪਹਿਲਾਂ ਤੋਂ ਹੀ ਪ੍ਰਚਲਿਤ ਸੀ। ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਜਿਹੜੀ ਬਾਣੀ ਆ, ਜੋ ਰਚਨਾ ਕੀਤੀ ਆ, ਉਹ ਇਸੇ ਲਿਪੀ 'ਤੇ ਆਧਾਰਿਤ ਕੀਤੀ ਆ। ਪਰ ਉਹਨਾਂ ਦੀ ਇੱਕ ਬਾਣੀ ਆ, ਪੱਟੀ ਨਾਮ ਹੈ ਉਸਦਾ, ਉਸਦੇ ਵਿੱਚ ਉਹ ਜਿਹੜਾ ਉਚਾ ਸ਼ਬਦ ਜਿਹੜੇ ਉਹਨਾਂ ਨੇ ਜੋ ਰਚਨਾ ਕੀਤੀ ਆ, ਉਹ ਸੱਸਾ ਸ਼ਬਦ ਨਾਲ ਸ਼ੁਰੂ ਹੁੰਦੇ ਆ, ਜਦੋਂ ਕਿ ਅੱਜ ਦੀ ਜਿਹੜੀ ਤਰਤੀਬ ਹੈ ਉਹ ਵੱਖਰੀ ਆ। ਅਤੇ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ਬਣਾਇਆ ਨਹੀਂ, ਸਗੋਂ ਇਸ ਨੂੰ ਤਰਤੀਬ ਵਿੱਚ ਕੀਤਾ, ਅੱਖਰਾਂ ਨੂੰ ਇੱਕ ਸਾਰ ਇੱਕ ਲੜੀ ਵਿੱਚ ਪਰੋਇਆ, ਜੋ ਲੜੀ ਜਿਹੜੀ ਅੱਜ ਵੀ ਪ੍ਰਚਲਿਤ ਹੈ, ਜਿਸ ਨੂੰ ਅਸੀਂ ਗੁਰਮੁਖੀ ਲਿਪੀ ਦਾ ਨਾਮ ਦਿੰਦੇ ਹਾਂ। ਅਤੇ ਇਸ ਨੂੰ ਇਹ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਭਾਸ਼ਾ ਲਈ, ਪੰਜਾਬੀ ਲਿਪੀ ਲਈ। ਅਤੇ ਗੱਲ ਕਰਦੇ ਹਾਂ ਉਹਨਾਂ ਦੀਆਂ ਰਚਨਾਵਾਂ ਬਾਰੇ। ਉਹਨਾਂ ਦੀ ਰਚਨਾ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਸਾਰੀ ਦੀ ਸਾਰੀ ਬਾਣੀ ਗੁਰੂ ਦੀ ਮਹਿਮਾ, ਗੁਰੂ ਦੇ ਨਾਲ ਪਿਆਰ, ਗੁਰੂ ਦੇ ਲਈ ਮਨ ਵਿੱਚ ਭਗਤੀ, ਇਸ ਵਿਸ਼ੇ 'ਤੇ ਆਧਾਰਿਤ ਨੇ ਉਹਨਾਂ ਦੀਆਂ ਰਚਨਾਵਾਂ। ਉਹਨਾਂ ਦੇ ਮਨ ਦੇ ਵਿੱਚ ਗੁਰੂ ਦੇ ਨਾਲ ਪਿਆਰ ਕਿਸ ਤਰ੍ਹਾਂ ਨਿਭਾਇਆ ਜਾਵੇ, ਕਿੰਨਾ ਉਹ ਗੁਰੂ ਨੂੰ ਅਹਿਮ ਮੰਨਦੇ ਆ, ਇਹ ਉਹਨਾਂ ਦੀ ਇੱਕ ਜਿਹੜੀ ਰਚਨਾ ਹੈ, ਇੱਕ ਸਲੋਕ ਹੈ, ਉਹ ਤੁਹਾਡੇ ਸਾਹਮਣੇ ਸਕਰੀਨ 'ਤੇ ਹੈ। ਜੇ 100 ਚੰਦਾ ਉਗਵੇ ਸੂਰਜ ਚੜ੍ਹੇ 1000, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਸ ਤਰ੍ਹਾਂ ਨਾਲ ਉਹ ਗੁਰੂ ਦੀ ਅਹਿਮੀਅਤ ਦਰਸਾਉਂਦੇ ਆ। ਜੇ 100 ਚੰਦਾ, 100 ਤੋਂ ਕੀ ਭਾਵ, 100 ਚੰਦਾ ਚੰਦਰਮਾ, ਉਗਵੇ ਉਗ ਪਵੇ ਚੜ੍ਹ ਜਾਣ, ਸੂਰਜ ਚੜ੍ਹੇ 1000, ਅਤੇ ਸੂਰਜ ਹਜ਼ਾਰਾਂ ਦੀ ਗਿਣਤੀ ਵਿੱਚ ਹੋਣ, ਜੇ ਇੰਨੀ ਰੌਸ਼ਨੀ ਹੋ ਜਾਵੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੂਰਜ ਚੜ੍ਹੇ ਹੋਣ, ਅਤੇ 100 ਦੇ ਕਰੀਬ ਚੰਦਰਮਾ ਚੜ੍ਹੇ ਹੋਣ, ਤਾਂ ਇੰਨਾ ਜਿਹੜਾ ਚਾਨਣ, ਇੰਨੀ ਰੌਸ਼ਨੀ ਹੋਏਗੀ। ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਅਤੇ ਇੰਨਾ ਚਾਨਣ, ਇੰਨੀ ਰੌਸ਼ਨੀ ਦੇ ਦਾ ਹੋਣਾ ਵੀ ਬੇਕਾਰ ਹੈ ਜੇ ਗੁਰੂ ਦਾ ਸਾਥ ਨਹੀਂ, ਜੇ ਕੋਈ ਰਾਹ ਦਿਖਾਉਣ ਵਾਲਾ ਚੰਗਾ ਪਹੁੰਚਿਆ ਹੋਇਆ ਗੁਰੂ ਨਹੀਂ, ਉਸਦੇ ਬਿਨਾਂ ਸਭ ਕੁਛ ਹਨੇਰਾ ਹੈ, ਸਭ ਕੁਛ ਜਾਣਕਾਰੀ ਇਨਸਾਨ ਨੂੰ ਨਹੀਂ ਮਿਲਦੀ ਜਦ ਤੱਕ ਉਹ ਕਿਸੇ ਚੰਗੇ ਗੁਰੂ ਨੂੰ ਨਹੀਂ ਧਾਰ ਲੈਂਦਾ। ਸੋ ਗੁਰੂ ਦੀ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੈ। ਜਦ ਤੱਕ ਸਾਨੂੰ ਕੋਈ ਰਾਹ ਦਿਖਾਉਣ ਵਾਲਾ, ਕੋਈ ਸੇਧ ਦੇਣ ਵਾਲਾ ਨਾ ਹੋਵੇ, ਉਦੋਂ ਤੱਕ ਅਸੀਂ ਆਪਣੇ ਜੀਵਨ ਨੂੰ ਚੰਗੇਰਾ, ਵਧੀਆ ਨਹੀਂ ਬਣਾ ਸਕਦੇ। ਸੋ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ, ਆਪਣੀ ਬਾਣੀ ਦੇ ਵਿੱਚ ਗੁਰੂ ਦੀ ਅਹਿਮੀਅਤ ਨੂੰ ਬਾਖੂਬੀ ਦਰਸਾਇਆ ਹੈ। ਜੇ 100 ਚੰਦਾ ਉਗਵੇ ਸੂਰਜ ਚੜ੍ਹੇ 1000, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਕਿ ਗੁਰੂ ਸਭ ਤੋਂ ਉੱਪਰ ਹੈ, ਗੁਰੂ ਸਭ ਤੋਂ ਸ੍ਰੇਸ਼ਟ ਹੈ। ਇਸ ਚੀਜ਼ ਨੂੰ ਉਹਨਾਂ ਦੀ ਬਾਣੀ ਦੇ ਵਿੱਚ ਬਹੁਤ ਬਿਆਨਿਆ ਗਿਆ। ਵਿਸ਼ੇ ਦੀ ਗੱਲ ਅਸੀਂ ਕਰ ਲਈ ਕਿ ਮੂਲ ਵਿਸ਼ਾ, ਮੁੱਖ ਵਿਸ਼ਾ ਗੁਰੂ 'ਤੇ ਆਧਾਰਿਤ ਹੈ। ਗੁਰੂ ਦੇ ਪ੍ਰਤੀ ਪਿਆਰ, ਗੁਰੂ ਪ੍ਰਤੀ ਭਗਤੀ, ਗੁਰੂ ਲਈ ਗੁਰੂ ਦੀ ਸੇਵਾ ਮਨ ਦੇ ਵਿੱਚ ਰੱਖ ਕੇ ਚੱਲਣਾ, ਇਸ ਤਰ੍ਹਾਂ ਦਾ ਹੀ ਉਹਨਾਂ ਦਾ ਜੀਵਨ ਰਿਹਾ, ਅਤੇ ਇਸੇ ਤਰ੍ਹਾਂ ਦੇ ਵਿਚਾਰ ਉਹਨਾਂ ਦੀ
ਬਾਣੀ ਦੇ ਵਿੱਚ ਮਿਲਦੇ ਆ। ਹੁਣ ਗੱਲ ਕਰਦੇ ਹਾਂ ਰੂਪਕ ਪੱਖ ਉਹਨਾਂ ਦੀ ਬਾਣੀ ਦਾ, ਉਹਨਾਂ ਦੀ ਰਚਨਾ ਦਾ। ਰੂਪਕ ਪੱਖ ਤੋਂ ਬੱਚਿਓ ਕੀ ਭਾਵ ਹੁੰਦਾ, ਬਣਤਰ ਦੇ ਪੱਖੋਂ ਰਚਨਾ ਕਿਹੋ ਜਿਹੀ ਆ, ਲਿਖਣ ਵਾਲੇ ਪਾਸਿਓਂ ਕਿਸ ਤਰ੍ਹਾਂ ਲਿਖਿਆ ਗਿਆ। ਬਨਾਵਟ ਬਣਤਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਸ ਦੀ ਪਰਖ ਕਰਦੇ ਹਾਂ, ਤਾਂ ਉਹ ਸਾਰੀਆਂ ਚੀਜ਼ਾਂ ਅਸੀਂ ਰੂਪਕ ਪੱਖ ਦੇ ਵਿੱਚ ਲੈਂਦੇ ਹਾਂ। ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚ ਸੰਖੇਪਤਾ, ਸੰਜਮ ਅਤੇ ਰਵਾਨੀ ਹੈ। ਸੰਖੇਪ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਡੂੰਘੀ ਗੱਲ, ਗਹਿਰੀ ਗੱਲ ਸਮਝ ਪੈਂਦੀ ਆ। ਠਹਿਰਾਵ ਆ ਉਹਨਾਂ ਦੀ ਰਚਨਾ ਦੇ ਵਿੱਚ, ਉਹਨਾਂ ਦੇ ਬਿਆਨ ਵਿੱਚ ਜੋ ਗੱਲ, ਜੋ ਵਿਚਾਰ ਉਹ ਸਾਂਝਾ ਕਰਨਾ ਚਾਹੁੰਦੇ ਆ, ਉਹ ਬਹੁਤ ਟਰਮੇ ਦੇ ਨਾਲ, ਬਹੁਤ ਜ਼ਿਆਦਾ ਗਹਿਰਾ ਵਿਚਾਰ ਬਹੁਤ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਆਪਣੀ ਬਾਣੀ ਦੇ ਰਾਹੀਂ ਪਾਠਕਾਂ ਤੱਕ ਪਹੁੰਚਦਾ। ਅਤੇ ਉਹਨਾਂ ਦੀ ਬਾਣੀ ਦੇ ਵਿੱਚ, ਉਹਨਾਂ ਦੀ ਰਚਨਾ ਦੇ ਵਿੱਚ ਰਵਾਨੀ ਆ, ਇੱਕ ਲੈਅ ਹੈ। ਜਦੋਂ ਅਸੀਂ ਉਚਾਰਦੇ ਹਾਂ ਉਹਨਾਂ ਸ਼ਬਦਾਂ ਨੂੰ, ਉਹਨਾਂ ਸਲੋਕਾਂ ਨੂੰ, ਤਾਂ ਇੱਕ ਕਾਵਿਕ ਲੈਅ ਹੈ, ਇੱਕ ਰਵਾਨੀ ਵੀ ਮਨ ਦੇ ਵਿੱਚ ਆਉਂਦੀ ਹੈ। ਇੱਕ ਉਸ ਲੈਅ ਦੇ ਤਹਿਤ ਅਸੀਂ ਵੱਜੇ ਚਲੇ ਜਾਂਦੇ ਹਾਂ ਅਤੇ ਬਾਣੀ ਪੜ੍ਹਦੇ ਚਲੇ ਜਾਂਦੇ ਹਾਂ। ਉਹ ਇੱਕ ਹੋਰ ਵਧੀਆ ਗੱਲ ਉਹਨਾਂ ਦੀ ਬਾਣੀ ਦੀ, ਉਹਨਾਂ ਦੀ ਰਚਨਾ ਦੀ, ਇਹ ਹੈ ਕਿ ਉਹਨਾਂ ਦੀ ਭਾਸ਼ਾ, ਜੋ ਉਹਨਾਂ ਨੇ ਭਾਸ਼ਾ ਵਰਤੀ ਆ ਆਪਣੀ ਰਚਨਾ ਵਾਸਤੇ, ਉਹ ਬਹੁਤ ਸ਼ੁੱਧ ਅਤੇ ਟਕਸਾਲੀ ਪੰਜਾਬੀ ਆ। ਉਸ ਸਮੇਂ ਦਾ ਜਿਸ ਤਰ੍ਹਾਂ ਦਾ ਲੋਕਾਂ ਦਾ ਜਨ ਜੀਵਨ ਸੀ, ਜਿਸ ਤਰ੍ਹਾਂ ਦੀ ਪੰਜਾਬੀ ਵਰਤੀ ਜਾਂਦੀ ਸੀ ਆਮ ਜੀਵਨ ਦੇ ਵਿੱਚ, ਉਹ ਟਕਸਾਲੀ ਪੰਜਾਬੀ ਹੀ ਉਹਨਾਂ ਦੇ ਵੱਲੋਂ ਆਪਣੀ ਬਾਣੀ ਦੇ ਲਈ ਵਰਤੀ ਗਈ ਆ। ਅਤੇ ਕੁਛ ਜਿਹੜੀਆਂ ਉਹਨਾਂ ਦੀਆਂ ਦੇ ਸਲੋਕ ਨੇ, ਉਹਨਾਂ ਦੀ ਰਚਨਾ ਹੈ, ਉਹ ਇੰਨੇ ਜ਼ਿਆਦਾ ਸੌਖੇ, ਇੰਨੇ ਜ਼ਿਆਦਾ ਲੋਕਾਂ ਦੇ ਮਨ ਨੂੰ ਟੁੰਬਣ ਵਾਲੇ ਹੋਏ ਕਿ ਉਹ ਅਖਾਣਾਂ ਦਾ ਰੂਪ, ਅਖੌਤਾਂ ਦਾ ਰੂਪ ਧਾਰ ਗਏ ਨੇ। ਲੋਕ ਆਮ ਬੋਲਚਾਲ, ਗੱਲਬਾਤ ਵੇਲੇ ਇਹਨਾਂ ਦੀ ਰਚਨਾ ਦੀਆਂ ਤੁਕਾਂ ਨੂੰ ਵਰਤਦੇ ਨੇ। ਆਮ ਬੋਲਚਾਲ ਦੇ ਵਿੱਚ ਅਖਾਣਾਂ ਦੇ ਵਾਂਗੂ ਜਿਵੇਂ ਅਸੀਂ ਅਖੌਤਾਂ ਵਰਤ ਲੈਂਦੇ ਹਾਂ ਆਪਣੀ ਬੋਲੀ ਦੇ ਵਿੱਚ, ਉਸ ਤਰ੍ਹਾਂ ਦੇ ਨਾਲ ਕਈ ਜਿਹੜੀਆਂ ਉਹਨਾਂ ਦੀਆਂ ਕਾਵਿ ਤੁਕਾਂ ਨੇ ਉਹ ਅਖਾਣਾਂ ਬਣ ਚੁੱਕੀਆਂ ਨੇ। ਜਿਵੇਂ ਉਦਾਹਰਣ ਅਸੀਂ ਲੈ ਸਕਦੇ ਹਾਂ, ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ। ਇਆਣੇ ਦਾ ਭਾਵ ਛੋਟਾ ਬੱਚਾ, ਨਿਆਣਾ, ਛੋਟੇ ਬੱਚੇ ਦੇ ਨਾਲ ਦੋਸਤੀ ਕਦੇ ਨਾ ਆਵੇ ਰਾਸ। ਜੇ ਕੋਈ ਅਜਿਹਾ ਇਨਸਾਨ ਹੈ ਜਿਸਦਾ ਬਚਪਨਾ ਅਜੇ ਖਤਮ ਹੀ ਨਹੀਂ ਹੋਇਆ, ਉਸ ਦੇ ਵਿੱਚ ਸਮਝਦਾਰੀ, ਸੂਝਬੂਝ ਆਈ ਹੀ ਨਹੀਂ, ਤਾਂ ਉਹ ਦੋਸਤੀ ਵਰਗੇ ਗਹਿਰੇ ਰਿਸ਼ਤਿਆਂ ਨੂੰ ਬਹੁਤ ਲੰਬਾ ਸਮਾਂ ਨਹੀਂ ਨਿਭਾ ਸਕਦਾ। ਇਹ ਇਸਦਾ ਅਰਥ ਹੈ ਕਿ ਜੇ ਅਸੀਂ ਛੋਟੇ ਬੱਚੇ ਦੇ ਨਾਲ ਜਾਂ ਬਚਪਨੇ ਵਾਲੇ ਸੁਭਾਅ ਵਾਲੇ ਵਿਅਕਤੀ ਦੇ ਨਾਲ ਦੋਸਤੀ ਕਰਦੇ ਹਾਂ, ਤਾਂ ਉਹ ਬਹੁਤ ਲੰਬਾ ਸਮਾਂ ਚੱਲਣ ਵਾਲੀ ਨਹੀਂ। ਸੋ ਇਸ ਪ੍ਰਕਾਰ ਜਿਹੜੀਆਂ ਰਚਨਾਵਾਂ ਨੇ, ਕੁਝ ਕਾਵਿ ਤੁਕਾਂ ਉਹਨਾਂ ਦੀਆਂ ਅਖਾਣਾਂ ਦੇ ਰੂਪ ਵਿੱਚ ਲੋਕ ਵਰਤਦੇ ਨੇ, ਆਮ ਬੋਲਚਾਲ ਦੇ ਵਿੱਚ ਵਰਤੇ ਜਾਂਦੇ ਨੇ। ਰੋਗ ਦਾਰੂ ਦੋਵੇਂ ਬੁਝੇ ਤਾਂ ਵੈਦ ਸੁਜਾਨ। ਰੋਗ ਭਾਵ ਬਿਮਾਰੀ, ਕਸ਼ਟ ਕੀ ਆ, ਦਾਰੂ ਦਵਾਈ, ਇਲਾਜ, ਦੋਵੇਂ ਦੋਨਾਂ ਚੀਜ਼ਾਂ ਨੂੰ ਬੁੱਝ ਲਵੇ, ਜਾਣ ਲਵੇ ਤਾਂ ਵੈਦ, ਵੈਦ ਦਾ ਭਾਵ ਹਕੀਮ, ਡਾਕਟਰ, ਇਲਾਜ ਕਰਨ ਵਾਲਾ, ਸੁਜਾਨ ਸਮਝਦਾਰ ਹੈ, ਪਾਰਖੂ ਹੈ। ਉਸੇ ਹਕੀਮ ਨੂੰ ਸਿਆਣਾ, ਸਮਝਦਾਰ ਜਾਂ ਪਾਰਖੂ ਮੰਨਿਆ ਜਾ ਸਕਦਾ ਜਿਹੜਾ ਬਿਮਾਰੀ ਵੀ ਬੁੱਝ ਲਵੇ ਅਤੇ ਉਸ ਬਿਮਾਰੀ ਦਾ ਇਲਾਜ ਵੀ ਬੁੱਝ ਲਵੇ। ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ। ਸੋ ਇਸ ਪ੍ਰਕਾਰ ਜਿਹੜੀਆਂ ਉਹਨਾਂ ਦੀਆਂ ਕਾਵਿ ਤੁਕਾਂ ਨੇ ਉਹ ਅਖਾਣਾਂ ਦੇ ਰੂਪ ਵਿੱਚ ਵੀ ਵਰਤੀਆਂ ਜਾਂਦੀਆਂ। ਸੋ ਇਹ ਉਹਨਾਂ ਦੀ ਦੇ ਜੀਵਨ ਅਤੇ ਰਚਨਾਵਾਂ ਦੇ ਬਾਰੇ ਵਿੱਚ ਥੋੜ੍ਹੀ ਜਿਹੀ ਜਾਣਕਾਰੀ। ਹੁਣ ਉਹਨਾਂ ਦੀ ਜਿਹੜੀ ਰਚਨਾ ਹੈ ਤੁਹਾਡੇ ਸਿਲੇਬਸ ਦੇ ਵਿੱਚ, ਇਸ ਹਿੱਸੇ ਦੇ ਵਿੱਚੋਂ ਪ੍ਰਸੰਗ ਸਹਿਤ ਵਿਆਖਿਆ ਤੁਹਾਨੂੰ ਪੇਪਰ ਦੇ ਵਿੱਚ ਪੁੱਛੀ ਜਾਣੀ ਆ। ਕਵੀਆਂ ਦੇ ਦੀ ਰਚਨਾ ਜਿਹੜੀ ਆ ਉਸਨੂੰ ਤੁਸੀਂ ਪੜ੍ਹਨਾ, ਕਾਵਿ ਬੰਧ ਜਿਹੜੇ ਨੇ ਉਹਨਾਂ ਦੇ ਸਰਲ ਅਰਥ ਕਰਨੇ ਆ, ਅਤੇ ਪ੍ਰਸੰਗ ਲਿਖਣਾ ਅਤੇ ਉਸਦੀ ਵਿਆਖਿਆ ਕਰਨੀ ਤੁਸੀਂ ਪੇਪਰ ਦੇ ਲਈ ਸਿੱਖਣੀ ਆ। ਗੁਰੂ ਅੰਗਦ ਦੇਵ ਜੀ ਦੀ ਜਿਹੜੀ ਰਚਨਾ ਹੈ ਤੁਹਾਡੀ ਕਿਤਾਬ ਦੇ ਵਿੱਚ ਸਿਲੇਬਸ ਦੇ ਵਿੱਚ ਜਿੰਨੀ ਸ਼ਾਮਿਲ ਕੀਤੀ ਗਈ ਆ, ਉਹ ਇੱਕੋ ਲੈਕਚਰ ਦੇ ਵਿੱਚ
ਪੜ੍ਹਾ ਪਾਉਣੀ ਸੰਭਵ ਨਹੀਂ ਹੈ, ਉਸਦੇ ਅਰਥ ਜਿਹੜੇ ਆ ਸਮਝ ਪਾਉਣੇ, ਇੰਨਾ ਸਮਾਂ ਨਹੀਂ ਇੱਕ ਲੈਕਚਰ ਦੇ ਵਿੱਚ ਹੋ ਸਕਦਾ। ਸੋ ਇਸੇ ਲਈ ਹੀ ਇਸ ਲੈਕਚਰ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਏਗਾ। ਅੱਜ ਅਸੀਂ ਪਹਿਲਾ ਭਾਗ ਜਿਹੜਾ ਉਹ ਕਰ ਰਹੇ ਹਾਂ, ਗੁਰੂ ਅੰਗਦ ਦੇਵ ਜੀ ਦੀ ਰਚਨਾ ਦਾ ਭਾਗ ਪਹਿਲਾ। ਇਸੇ ਹੀ ਕੜੀ ਦਾ ਅਗਲਾ ਲੈਕਚਰ ਵੀ ਅਗਲੇ ਮਹੀਨੇ ਦੇ ਵਿੱਚ ਹੋਏਗਾ, ਜਿਸ ਦੇ ਵਿੱਚ ਜਿਹੜੇ ਬਾਕੀ ਰਹਿੰਦੇ ਸਲੋਕ ਨੇ ਉਹਨਾਂ ਦੀ ਵਿਆਖਿਆ ਅਸੀਂ ਕਰਾਂਗੇ ਇਸੇ ਤਰ੍ਹਾਂ ਹੀ ਐਜੂਸੈਟ ਰਾਹੀਂ। ਅੱਜ ਅਸੀਂ ਉਹਨਾਂ ਦੇ ਵੱਲੋਂ ਜਿਹੜੀ ਰਚਨਾ ਹੈ ਅੱਠੀ ਪਹਿਰੀ ਅੱਠ ਖੰਡ, ਇਸ ਨੂੰ ਲਵਾਂਗੇ ਅਤੇ ਇਸ ਦੀ ਵਿਆਖਿਆ ਕਰਾਂਗੇ। ਅਤੇ ਪ੍ਰਸੰਗ ਦੇ ਬਾਰੇ ਵਿੱਚ ਮੈਂ ਪਹਿਲਾਂ ਗੱਲ ਕਰੂੰਗੀ। ਬੱਚਿਓ, ਤੁਹਾਨੂੰ ਇਸ ਪੂਰੀ ਕਿਤਾਬ ਦੇ ਵਿੱਚੋਂ, ਚਾਹੇ ਤੁਸੀਂ ਸੂਫੀ ਕਾਵਿ ਪੜ੍ਹ ਰਹੇ ਹੋ ਚਾਹੇ ਗੁਰਮਤਿ ਕਾਵਿ ਪੜ੍ਹ ਰਹੇ ਹੋ, ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਪੁੱਛੀ ਜਾਣੀ ਆ। ਤੁਸੀਂ ਪੇਪਰ ਦੇ ਵਿੱਚ ਲਿਖਣਾ, ਪ੍ਰਸੰਗ ਲਿਖਣ ਦਾ ਇੱਕ ਖਾਸ ਸਟਾਈਲ ਹੋਇਆ ਕਰਦਾ, ਉਸ ਨੂੰ ਜ਼ਰੂਰ ਸਮਝੋ। ਕਿਉਂਕਿ ਇਹ ਤਜਰਬਾ ਹੈ ਕਿ ਜਦੋਂ ਅਸੀਂ ਪੇਪਰ ਵੇਖਦੇ ਹਾਂ, ਤੁਸੀਂ ਬੱਚਿਆਂ ਦੇ ਮਾਰਕਿੰਗ ਲਈ ਡਿਊਟੀਜ਼ ਲੱਗਦੀਆਂ, ਤਾਂ ਪ੍ਰਸੰਗ ਵੀ ਬੱਚੇ ਸਹੀ ਤਰੀਕੇ ਨਾਲ ਨਹੀਂ ਲਿਖਦੇ। ਉਹਦੇ ਵਿੱਚ ਦੋ ਤਿੰਨ ਚੀਜ਼ਾਂ ਜ਼ਰੂਰੀ ਨੇ, ਜਿਹਦੇ ਵਿੱਚ ਤੁਹਾਨੂੰ ਜਾਣਕਾਰੀ ਹੋਵੇ ਕਿ ਕਿਹੜੀ ਕਿਤਾਬ ਦੇ ਵਿੱਚੋਂ ਇਹ ਪੋਰਸ਼ਨ, ਇਹ ਕਾਵਬੰਧ ਲਿਆ ਗਿਆ। ਉਹ ਨਾਮ ਤੁਸੀਂ ਜ਼ਰੂਰ ਲਿਖਣਾ ਆਪਣੀ ਕਿਤਾਬ ਦਾ, ਆਪਣੀ ਪਾਠ ਪੁਸਤਕ ਦਾ ਨਾਮ ਜ਼ਰੂਰ ਦੇਣਾ ਪ੍ਰਸੰਗ ਦੇ ਵਿੱਚ। ਪਹਿਲੀ ਲਾਈਨ ਇਹੀ ਬਣਨੀ ਚਾਹੀਦੀ ਆ ਕਿ ਇਹ ਜਿਹੜਾ ਕਾਵਬੰਧ ਹੈ ਸਾਡੀ ਇਸ ਕਿਤਾਬ ਦੇ ਵਿੱਚੋਂ ਲਿਆ ਗਿਆ। ਫਿਰ ਤੁਹਾਨੂੰ ਕਵੀ ਦੇ ਨਾਮ ਬਾਰੇ ਜ਼ਰੂਰ ਦੱਸਣਾ ਚਾਹੀਦਾ, ਇਹ ਦਰਸਾਉਣਾ ਚਾਹੀਦਾ ਕਿ ਤੁਹਾਨੂੰ ਪੂਰੀ ਜਾਣਕਾਰੀ ਆ ਕਿ ਕਿਸ ਕਵੀ ਦੀ ਇਹ ਰਚਨਾ ਹੈ। ਕਵੀ ਦਾ ਨਾਮ ਵੀ ਤੁਸੀਂ ਦੱਸੋ, ਉਸ ਤੋਂ ਬਾਅਦ ਕਵਿਤਾ ਦਾ ਸਿਰਲੇਖ ਜਾਂ ਰਚਨਾ ਦਾ ਸਿਰਲੇਖ, ਉਸ ਬਾਰੇ ਵੀ ਲਿਖਣਾ। ਕਿਉਂਕਿ ਕਾਵਬੰਧ ਦਿੱਤਾ ਹੋਏਗਾ ਪੇਪਰ ਦੇ ਵਿੱਚ, ਉਸਦਾ ਸਿਰਲੇਖ ਤਾਂ ਨਹੀਂ ਲਿਖਿਆ ਹੋਏਗਾ, ਸਿਰਲੇਖ ਤੁਹਾਨੂੰ ਖੁਦ ਯਾਦ ਕਰਨੇ ਹੋਣਗੇ ਨੋਟਸ ਬਣਾ ਕੇ। ਸੋ ਸਿਰਲੇਖ ਵੀ ਤੁਸੀਂ ਪ੍ਰਸੰਗ ਦੇ ਵਿੱਚ ਅਗਲੇ ਵਾਕਾਂ ਦੇ ਵਿੱਚ ਲਿਖਣਾ। ਸੋ ਇਹ ਚੀਜ਼ਾਂ ਲਿਖਣ ਤੋਂ ਬਾਅਦ ਜਿਹੜਾ ਕਾਵਬੰਧ ਜਿਸ ਦੀ ਤੁਹਾਨੂੰ ਵਿਆਖਿਆ ਕਰਨ ਲਈ ਕਿਹਾ ਗਿਆ ਹੈ, ਪੁੱਛਿਆ ਗਿਆ ਹੈ, ਉਸ ਕਾਵਬੰਧ ਨੂੰ ਪੜ੍ਹ ਕੇ ਉਹ ਕਿਸ ਵਿਸ਼ੇ 'ਤੇ ਆਧਾਰਿਤ ਆ, ਉਹ ਉਸ ਉਹਨਾਂ ਤੁਕਾਂ ਦੇ ਵਿੱਚ ਕਿਸ ਕਿਸ ਚੀਜ਼ 'ਤੇ ਕੇਂਦਰਿਤ ਆ ਸਾਰੀ ਗੱਲਬਾਤ, ਉਹ ਮੂਲ ਜਿਹੜਾ ਵਿਸ਼ਾ ਹੈ ਉਹ ਮੁੱਖ ਵਿਸ਼ਾ ਪਕੜਨਾ ਹੈ ਅਤੇ ਉਹਨੂੰ ਇੱਕ ਜਾਂ ਦੋ ਵਾਕਾਂ ਦੇ ਵਿੱਚ ਸਮੇਟ ਦੇਣਾ। ਬਹੁਤਾ ਕਰਕੇ ਬੱਚੇ ਜਿਹੜੇ ਨੇ ਉਹ ਪ੍ਰਸੰਗ ਸਹੀ ਤਰੀਕੇ ਨਾਲ ਨਹੀਂ ਲਿਖਦੇ, ਉੱਗੜ ਦੁੱਗੜਾ ਹੋ ਜਾਂਦਾ, ਕਿਤੇ ਤਾਂ ਬਹੁਤ ਹੀ ਸੰਖੇਪ ਹੋ ਜਾਂਦੇ ਹੋ, ਕਿਤੇ ਬੇਲੋੜਾ ਲਿਖ ਦਿੰਦੇ ਹੋ। ਕਈ ਵਾਰੀ ਬੱਚੇ ਕੀ ਕਰਦੇ ਆ, ਪ੍ਰਸੰਗ ਦੇ ਨਾਲ ਹੀ ਵਿਆਖਿਆ ਜੋੜ ਦਿੰਦੇ ਆ, ਸਾਰੀਆਂ ਦੀਆਂ ਸਾਰੀਆਂ ਕਾਵਤੁਕਾਂ ਦੀ ਵਿਆਖਿਆ ਪ੍ਰਸੰਗ ਦੇ ਵਿੱਚ ਹੀ ਲਿਖ ਕੇ ਚਲੇ ਜਾਂਦੇ ਨੇ। ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਇਹ ਸਹੀ ਤਰੀਕਾ ਨਹੀਂ ਹੈ। ਪ੍ਰਸੰਗ ਹਮੇਸ਼ਾ ਹੀ ਸੰਖੇਪ ਹੋਣਾ ਚਾਹੀਦਾ ਅਤੇ ਜਿੰਨੀ ਜਾਣਕਾਰੀ ਉਹਦੇ ਵਿੱਚ ਦਿੱਤੀ ਜਾਣੀ ਆ ਓਨੀ ਹੀ ਦੇਣੀ ਚਾਹੀਦੀ ਆ। ਵਿਆਖਿਆ ਫਿਰ ਅਲੱਗ ਤੋਂ ਤੁਸੀਂ ਲਿਖਣੀ ਆ, ਜਿਹਦੇ ਵਿੱਚ ਇੱਕ ਇੱਕ ਕਾਵਤੁਕ ਦੀ ਵਿਆਖਿਆ ਵੱਖਰੇ ਵਾਕਾਂ ਦੇ ਵਿੱਚ ਤੁਸੀਂ ਲਿਖਣੀ ਆ। ਸੋ ਹੁਣ ਸ਼ੁਰੂ ਕਰਦੇ ਹਾਂ ਇਸ ਸਲੋਕ ਦੀ ਵਿਆਖਿਆ। ਅੱਠੀ ਪਹਿਰੀ ਅੱਠ ਖੰਡ, ਅੱਠੀ ਪਹਿਰੀ ਅੱਠ ਖੰਡ, ਨਾਵਾਂ ਖੰਡ ਸਰੀਰ, ਤਿਸ ਵਿੱਚ ਨੌ ਨਿਧ ਨਾਮ ਏਕ, ਭਾਲੈ ਗੁਣੀ ਗਹੀਰ, ਕਰਮਵੰਤੀ ਸਲਾਹਿਆ, ਨਾਨਕ ਕਰ ਗੁਰ ਪੀਰ। ਸੋ ਹੁਣ ਇਹਨਾਂ ਵਿੱਚੋਂ ਜਿਹੜੇ ਔਖੇ ਸ਼ਬਦ ਨੇ ਜਾਂ ਨਵੇਂ ਹੈ ਉਹਨਾਂ ਦੇ ਅਸੀਂ ਅਰਥ ਜਿਹੜੇ ਆ ਉਹ ਸਮਝਾਂਗੇ, ਤਾਂ ਕਿ ਇਸ ਇਹਨਾਂ ਸਾਰੀਆਂ ਤੁਕਾਂ ਦੀ ਜਿਹੜੀ ਵਿਆਖਿਆ ਹੈ ਅਸੀਂ ਠੀਕ ਤਰੀਕੇ ਦੇ ਨਾਲ ਕਰ ਪਾਈਏ। ਅੱਠੀ ਪਹਿਰੀ ਸ਼ਬਦ ਦਾ ਅਰਥ ਹੈ ਦਿਨ ਦੇ ਅੱਠਾਂ ਪਹਿਰਾਂ ਵਿੱਚ ਅੱਠ ਖੰਡ, ਧਰਤੀ ਦੇ ਅੱਠ ਹਿੱਸੇ ਪਦਾਰਥਾਂ ਦੇ ਵਿੱਚ, ਜੇ ਅਸੀਂ ਪਦਾਰਥਾਂ ਨੂੰ ਮੰਨੀਏ ਤਾਂ ਧਰਤੀ ਨੂੰ ਅੱਠ ਹਿੱਸਿਆਂ ਵਿੱਚ ਜੇ ਵੰਡ ਲਿਆ ਜਾਵੇ। ਨਾਵਾਂ ਸ਼ਬਦ ਦਾ ਅਰਥ ਇੱਥੇ ਨੌਵੇਂ ਦੇ ਰੂਪ ਵਿੱਚ ਹੈ। ਗੁਣੀ ਗਹੀਰ, ਗੁਣਾਂ ਨਾਲ ਭਰਿਆ ਹੋਇਆ, ਬਹੁਤ ਗੁਣਾਂ ਵਾਲਾ, ਅਥਾਹ ਗੁਣਾਂ ਵਾਲਾ, ਇੱਥੇ ਇਹ ਸ਼ਬਦ ਪਰਮਾਤਮਾ ਨੂੰ ਸਮਰਪਿਤ ਹੈ, ਪ੍ਰਭੂ ਨੂੰ ਆਖਿਆ ਗਿਆ, ਪ੍ਰਭੂ ਲਈ ਵਰਤਿਆ ਗਿਆ। ਗੁਣੀ ਗਹੀਰ, ਅਥਾਹ ਗੁਣਾਂ ਵਾਲਾ ਪ੍ਰਭੂ, ਬਹੁਤ ਗੁਣਾਂ ਨਾਲ ਭਰਿਆ ਹੋਇਆ ਪਰਮਾਤਮਾ। ਕਰਮਵੰਤੀ, ਕਰਮਾਂ ਵਾਲੇ, ਭਾਗਾਂ ਵਾਲੇ, ਕਰ ਕਰਕੇ ਜਾਂ ਧਾਰ ਕੇ ਮਨ ਦੇ ਵਿੱਚ ਮੰਨ ਕੇ। ਸੋ ਇਹ ਕੁਝ ਸ਼ਬਦ ਨੇ ਜਿਨ੍ਹਾਂ ਦੇ ਅਰਥਾਂ ਨੂੰ ਅਸੀਂ ਦਿਮਾਗ ਵਿੱਚ ਰੱਖਾਂਗੇ ਇਸ
ਕਾਵਬਾਨ ਦੀ ਵਿਆਖਿਆ ਕਰਦੇ ਹੋਏ ਆਓ ਹੁਣ ਇਹਨਾਂ ਤੁਕਾਂ ਨੂੰ ਵਾਕਾਂ ਦੇ ਵਿੱਚ ਪਰੋਣੇ ਆ। ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ ਕਿ ਜੇ ਇਸ ਧਰਤੀ ਦੇ ਹਿੱਸਿਆਂ ਨੂੰ ਅੱਠ ਹਿੱਸਿਆਂ ਦੇ ਵਿੱਚ ਅੱਠ ਖੰਡਾਂ ਦੇ ਵਿੱਚ ਵੰਡ ਲਿਆ ਜਾਵੇ ਤੇ ਨੌਵਾਂ ਹਿੱਸਾ ਸਾਡੇ ਖੁਦ ਦੇ ਸਰੀਰ ਨੂੰ ਮੰਨ ਲਿਆ ਜਾਵੇ, ਮਨੁੱਖੀ ਸਰੀਰ ਨੂੰ ਮੰਨ ਲਿਆ ਜਾਵੇ, ਤਾਂ ਪੂਰਾ ਦਾ ਪੂਰਾ ਸਮਾਂ ਦਿਨ ਦੇ ਅੱਠੋਂ ਪਹਿਰ ਸਾਡਾ ਜਿਹੜਾ ਮਨ ਹੈ ਉਹ ਦੂਸਰੇ ਅੱਠ ਹਿੱਸਿਆਂ ਵਿੱਚ ਭਾਵ ਇਸ ਦੁਨੀਆਂ ਦੇ ਵਿੱਚ ਜੋ ਮੋਹ ਮਾਇਆ ਪਸਰੀ ਹੋਈ ਆ ਉਸੇ ਵਿੱਚ ਹੀ ਸਾਡਾ ਮਨ ਜਿਹੜਾ ਉਹ ਲੱਗਿਆ ਰਹਿੰਦਾ। ਤੇ ਇਹ ਜਿਹੜਾ ਨੌਵਾਂ ਹਿੱਸਾ ਜੋ ਨੌਵਾਂ ਖੰਡ ਸਾਡਾ ਸਰੀਰ ਆ, ਸਰੀਰ ਰੂਪੀ ਨੌਵਾਂ ਹਿੱਸਾ, ਉਹਦੇ ਵਿੱਚੋਂ ਅਸੀਂ ਕੁਛ ਲੱਭਣ ਦੀ ਖੇਚਲ ਨਹੀਂ ਕਰਦੇ, ਉਸਦੇ ਵਿੱਚ ਉਸਦੇ ਵੱਲ ਧਿਆਨ ਨਹੀਂ ਜਾਂਦਾ। ਅੱਠ ਦੇ ਅੱਠੋ ਪਹਿਰ ਪੂਰਾ ਸਮਾਂ ਪੂਰਾ ਦਿਨ ਸਾਡਾ ਜਿਹੜਾ ਧਿਆਨ ਸਾਡੀ ਰੁਚੀ ਆਲੇ ਦੁਆਲੇ ਫੈਲੀਆਂ ਚੀਜ਼ਾਂ ਵੱਲ ਹੋਰ ਪਦਾਰਥਾਂ ਦੇ ਵੱਲ ਹੀ ਰੁਚਿਤ ਰਹਿੰਦਾ। ਅਸੀਂ ਆਪਣੇ ਇਸ ਸਰੀਰ ਦੇ ਅੰਦਰੋਂ ਕਿਸ ਨੂੰ ਖੋਜਣਾ, ਕਿਸ ਨੂੰ ਲੱਭਣਾ, ਉਸਦੇ ਵੱਲ ਰੁਚਿਤ ਨਹੀਂ ਹੁੰਦੇ। ਤਿਸ ਵਿੱਚ ਨੌ ਨਿਧ ਨਾਮ ਏਕ ਭਾਲੈ ਗੁਣੀ ਗਹੀਰ, ਇਸ ਸਰੀਰ ਦੇ ਵਿੱਚ ਅੰਦਰ ਪਰਮਾਤਮਾ ਦਾ ਵਾਸ ਹੈ, ਕੋਈ ਨਾਮ ਅਸੀਂ ਲੱਭਣਾ, ਉਹ ਲੱਭਣ ਦੀ ਖੇਚਲ ਉਸ ਗੁਣੀ ਗਹੀਰ ਉਸ ਬਹੁਤ ਗੁਣਾਂ ਵਾਲੇ ਅਥਾਹ ਗੁਣਾਂ ਵਾਲੇ ਪਰਮਾਤਮਾ ਨੂੰ ਲੱਭਣ ਦੀ ਖੇਚਲ ਕੋਈ ਨਹੀਂ ਕਰਦਾ, ਕੋਈ ਕੋਈ ਵਿਰਲਾ ਹੀ ਕਰਦਾ, ਸਾਰੇ ਨਹੀਂ ਕਰਦੇ। ਤਿਸ ਵਿੱਚ ਨੌ ਨਿਧ ਨਾਮ ਏਕ ਭਾਲੈ ਗੁਣੀ ਗਹੀਰ ਕਿ ਇਸ ਸਰੀਰ ਦੇ ਵਿੱਚੋਂ ਅਸੀਂ ਉਸ ਅਥਾਹ ਗੁਣਾਂ ਵਾਲੇ ਪਰਮਾਤਮਾ ਨੂੰ ਲੱਭਣਾ, ਉਸ ਪ੍ਰਭੂ ਨੂੰ ਪਾਉਣਾ, ਉਸ ਦੇ ਸੱਚੇ ਨਾਮ ਨੂੰ ਹਾਸਿਲ ਕਰਨਾ, ਇਹ ਕੋਸ਼ਿਸ਼ ਕੌਣ ਕਰਦਾ? ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ, ਕਰਮਵੰਤੀ ਤੋਂ ਭਾਵ ਕਰਮਾਂ ਵਾਲੇ, ਭਾਗਾਂ ਵਾਲੇ, ਕੋਈ ਵਿਰਲੇ ਭਾਗਾਂ ਵਾਲੇ ਹੀ ਨੇ, ਕਰਮਾਂ ਵਾਲੇ ਲੋਕ ਨੇ ਜਿਹੜੇ ਇਸ ਤਰ੍ਹਾਂ ਕਰਦੇ ਨੇ ਕਿ ਆਪਣੇ ਗੁਰੂ ਨੂੰ ਆਪਣੇ ਪਰਮਾਤਮਾ ਨੂੰ ਆਪਣੇ ਮਨ ਦੇ ਅੰਦਰੋਂ ਲੱਭਣਾ, ਪ੍ਰਾਪਤ ਕਰਨ ਦੀ ਖੋਜ, ਉਸਦੀ ਭਾਲ ਕਰਨ ਵੱਲ ਰੁਚਿਤ ਹੁੰਦੇ ਨੇ। ਅਤੇ ਬਹੁਤਾ ਕਰਕੇ ਸਾਰਾ ਦਿਨ ਅਸੀਂ ਅਜਾਈ ਗਵਾ ਲੈਂਦੇ ਹਾਂ, ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦੇ, ਜਦੋਂ ਕਿ ਇਸ ਸਰੀਰ ਦੇ ਵਿੱਚੋਂ ਅਸੀਂ ਉਸ ਬਹੁਤ ਸਾਰੇ ਗੁਣਾਂ ਵਾਲੇ ਅਥਾਹ ਗੁਣਾਂ ਵਾਲੇ ਪਰਮਾਤਮਾ ਨੂੰ ਪਾਉਣਾ। ਅਗਲਾ ਕਾਵਬਨ, ਚੌਥੇ ਪਹਿਰ ਸਬਾਹ ਕੇ ਸੁਰਤਿਆ ਉਪਜੈ ਚਾਉ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾਉ, ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਉ, ਕੰਚਨ ਕਾਇਆ ਕਸੀਏ ਵੰਨੀ ਚੜੇ ਚੜਾਓ, ਜੇ ਹੋਵੇ ਨਦਰ ਸਰਾਫ ਕੀ ਬੋਹੜ ਨਾ ਪਾਈ ਤਾਉ। ਸੋ ਹੁਣ ਇਹਨਾਂ ਵਿਚਲੇ ਜਿਹੜੇ ਸ਼ਬਦ ਆਏ ਨੇ ਉਹਨਾਂ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰੀਏ। ਚੌਥੇ ਪਹਿਰ ਤੋਂ ਭਾਵ ਦਿਨ ਦਾ ਚੌਥਾ ਪਹਿਰ, ਭਾਵ ਸਵੇਰ ਦਾ ਵੇਲਾ, ਅੰਮ੍ਰਿਤ ਵੇਲਾ ਜਿਸ ਨੂੰ ਮੰਨਿਆ ਜਾਂਦਾ। ਸੁਰਤਿਆ, ਉੱਚੀ ਸੁਰਤ ਵਾਲੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਵੱਲ ਲੱਗ ਗਿਆ ਹੈ, ਮਨ ਵਿੱਚ। ਦਰਿਆਵਾਂ ਸਿਓ, ਇਸ ਸ਼ਬਦ ਦਾ ਅਰਥ ਇੱਥੇ ਲਿਆ ਗਿਆ ਦਰਿਆਵਾਂ ਨਾਲ, ਭਾਵ ਉਹਨਾਂ ਗੁਰਮੁਖਾਂ ਨਾਲ ਜਿਨ੍ਹਾਂ ਦੇ ਅੰਦਰ ਪਹਿਲਾਂ ਹੀ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ, ਜਿਨ੍ਹਾਂ ਦਾ ਮਨ ਪਹਿਲਾਂ ਹੀ ਪਰਮਾਤਮਾ ਦੇ ਨਾਮ ਨਾਲ ਜੁੜ ਚੁੱਕਾ ਹੈ। ਪਸਾਓ, ਬਖਸ਼ਿਸ਼, ਮਿਹਰ ਕਰਨੀ, ਬਖਸ਼ ਦੇਣਾ, ਬਖਸ਼ਿਸ਼ ਕਰਨੀ। ਕੰਚਨ, ਸੋਨਾ, ਸੋਨੇ ਦੇ ਲਈ ਇਹ ਸ਼ਬਦ ਵਰਤਿਆ ਗਿਆ ਹੈ। ਕਸੀਏ, ਪਰਖ ਕਰਨਾ, ਸੋਨੇ ਦੀ ਵੀ ਪਰਖ ਕੀਤੀ ਜਾਂਦੀ ਹੈ, ਕਸਵੱਟੀ 'ਤੇ ਉਸਨੂੰ ਕੱਸਿਆ ਜਾਂਦਾ। ਵੰਨੀ ਚੜੇ ਚੜਾਓ, ਸੋਹਣਾ ਰੰਗ ਚੜ੍ਹਦਾ ਹੈ, ਬਹੁਤ ਖੂਬ ਜਿਹੜਾ ਰੰਗ ਆ ਉਹ ਚੜ੍ਹਦਾ। ਸੋ ਇਹਨਾਂ ਸ਼ਬਦਾਂ ਦੇ ਅਰਥ ਜਾਣ ਲੈਣ ਤੋਂ ਬਾਅਦ ਹੁਣ ਅਸੀਂ ਵਿਆਖਿਆ ਵਾਲੇ ਪਾਸੇ ਆਉਂਦੇ ਹਾਂ। ਚੌਥੇ ਪਹਿਰ ਸੁਬਾਹ ਕੇ ਸੁਰਤਿਆ ਉਪਜੇ ਚਾਓ, ਅੰਮ੍ਰਿਤ ਵੇਲੇ, ਸਵੇਰ ਦੇ ਸੱਚੇ ਸੁੱਚੇ ਵੇਲੇ, ਉੱਚੀ ਸੁਰਤ ਵਾਲਿਆਂ ਦੀ, ਚੰਗੀ ਬਿਰਤੀ ਵਾਲੇ ਲੋਕਾਂ ਦੇ ਮਨ 'ਚ ਚਾਹ ਉਪਜਦਾ ਹੈ, ਇੱਛਾ ਪੈਦਾ ਹੁੰਦੀ ਆ। ਕਿਸ ਚੀਜ਼ ਦੀ ਇੱਛਾ ਪੈਦਾ ਹੁੰਦੀ ਆ?
परमात्मा दे नाम नाल जुड़न दी इच्छा पैदा हुंदी आ। अमृत वेले उठ के ओ अपने आप नूं परमात्मा दे नाम नाल जोड़ दिया। तिना दरियावां स्यो दोस्ती मनमुख सच्चा नाओ। उन्हां दी दोस्ती किहो जे लोकां नाल है? दरियावां स्यो, दरियावां वर्गे प्रवाह, पानी दा जिवें दरिया दे विच लगातार प्रवाह हुंदा है, पानी वहिंदा जांदा है, ओहो जे लोक, ओहो जे गुरमुख प्यारे जिहड़े पहलां ही आपदा मन परमात्मा दे नाम नाल जोड़ी बैठे आ, ओहो जे लोकां दी संगत करदे आ, ओहो जे समझ वाले लोग उन्हां लोकां दे नाल जुड़ के बैठदे आ, उन्हां दी संगत करदे आ, उन्हां दी दोस्ती करदे आ, ते अपने मन नूं वी परमात्मा दे सच्चे नाम दे नाल जोड़ लैंदे आ। सो इस प्रकार उत्थे सत संगत हुंदा है, सारे रल के एक दूजे दी संगत विच जदों बैठदे ने तां परमात्मा दा जिहड़ा नाम है उसदी वडियाई उन्हां नूं हासिल हुंदी आ। उत्थे अमृत वंडीए करमी होए पसाओ, उत्थे अमृत वंडिया जांदा है, भाव चंगे विचारां दा आदान प्रदान हुंदा है ते कर्मां दे नाल बख्शिश मिलदी आ। ये सारा कुछ परमात्मा दी मेहर दे नाल ही हो सकदा है। कंचन काया कसीए, कंचन तो भाव सोना, सोने वर्गा शरीर उसनू कसिया जांदा है, जिवें सुनियारा गहने बनाउण तो पहला सोने दी परख करदा है, उस तरीके दे नाल अमृत वेले उठ के ये जिहड़ी मेहनत, ये जिहड़ी घालां लोकां वल्लों घलियां जांदियां ने, झलियां जांदियां ने कि अपने शरीर नूं परमा इस शरीर दे विच्चों असी परमात्मा नूं हासिल करना है कि सोने वर्गी इस काया नूं कस चढ़ाया जांदा है तां कि खूब सोहना रंग परमात्मा दा नाम सानूं हासिल होवे। फिर जे होवे नदर सराफ की बहड़ ना पाई ताओ, फिर जे परमात्मा दी नज़र हो जाए, नज़र सवली हो जाए तां बहुतियां कोशिशां करन दी लोड़ ही नहीं पैंदी, मन अपने आप ही उस परमात्मा दे सच्चे नाम दे नाल जुड़ जांदा है। अमृत वेले उठ के दियां जिहड़ियां कीतियां कोशिशां ने ओह सफल हो जांदियां ने, फिर होर कोई बहुते यतन करन दी लोड़ ही नहीं रहिंदी। सो इस प्रकार अमृत वेले दा उठ के जो परमात्मा दे नाल अपना नाम जोड़ना है ओह लाहेवंद दा साबित हुंदा है। अगला काबंद, सत्ती पहरी सत पला बहिए पढ़िया पास, उत्थे पाप पुन बिचारीए कूड़े घटे रास, उत्थे खोटे सट्टीए खरे कीचे साबास, बोलन फादल नानका दुख सुख खसमे पास। हुन इना विचले शब्दां नूं समझिए। सत शब्द दा अर्थ है उच्चा आचरण, वधिया चरित्र, चंगा, सत तो सच्चा, उच्चा आचरण। फादल शब्द दा अर्थ है फजूल, बेकार। सो आओ हुन इना तुकां दी व्याख्या करिए। सत्ती पहरी सत पला बहिए पढ़िया पास, सवेर दा पहला पहर एक पहर दा समां जदों असी गुरु चरणां दे विच बिता लैंदे आ, अपने मन नूं परमात्मा दे नाम नाल जोड़ लैंदे आ, तां फिर दिन दे बाकी सत पहर, बाकी दा समां भी वधिया निकलदा है। वधिया लोकां दी संगत विच बिताउणा चाहीदा है, उहनां दे नाल उहनां दी संगत करनी चाहीदी आ। क्यों? क्योंकि उस चंगी, उस सत संगत दे विच उत्थे पाप पुन विचारी है कूड़े घटे रास, उत्थे पाप पुन दे विचार चर्चा हुंदी आ, उत्थे साडियां कमियां जिहड़ियां ने घटदियां ने, साडे मन दा अंदरला जिहड़ा असी गलत पासे तुरदे आ ओह कमियां साडियां घटदियां ने। उत्थे खोटे सट्टीए खरे कीचे साबास, उत्थे जिहड़ी साडे खोटा पाणा साडे अंदर दियां कमियां ने ओह सुट दित्तियां जांदियां ने, ते चंगे दी शाबाश हुंदी आ, प्रशंसा हुंदी आ। सो इस प्रकार दिन दे विच जदों असी सवेर दा अमृत वेला परमात्मा दे चरणां च बिता लिया तां बाकी दे सत पैर भी चंगे गुरमुखां दी संगत ही करनी चाहीदी आ, उहनां दे नाल ही अपना दिन बिता के अपने अंदरों जिहड़ियां कमियां उहनां नूं खत्म करना चाहीदा ते अपनियां जिहड़ियां चंगियाईआं
ਉਹਨਾਂ ਦੀ ਪ੍ਰਸ਼ੰਸਾ ਉਹਨਾਂ ਦੀ ਵਡਿਆਈ ਹਾਸਲ ਕਰਨ ਵਾਸਤੇ ਵਿਚਾਰ ਚਰਚਾ ਕਰਨੀ ਚਾਹੀਦੀ ਆ। ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ। ਅਤੇ ਜਦੋਂ ਅਜਿਹਾ ਸਮਾਂ ਬਣ ਜਾਵੇ, ਇਹ ਇਸ ਤਰ੍ਹਾਂ ਵਡਭਾਗੇ ਹੋ ਜਾਈਏ ਕਿ ਪਰਮਾਤਮਾ ਸਾਨੂੰ ਆਪ ਆਪਣੀ ਲਿਵ ਲਾ ਲਵੇ, ਆਪਣੇ ਚਰਨਾਂ ਨਾਲ ਜੋੜ ਲਵੇ, ਉਹਦੇ ਕੋਲ ਦੁੱਖਾਂ ਦੀ ਚਰਚਾ ਕਰਨੀ ਫਜ਼ੂਲ ਹੈ। ਉਹ ਬੇਕਾਰ ਆ ਉਹ ਗੱਲਾਂ ਕਹਿਣੀਆਂ ਕਿ ਸਾਨੂੰ ਆਹ ਦੁੱਖ ਹੈ, ਸਾਨੂੰ ਇਹ ਤਕਲੀਫ ਹੈ, ਕਿਉਂਕਿ ਇਹ ਦੁੱਖ ਸੁੱਖ ਉਸ ਪਰਮਾਤਮਾ ਦਾ ਹੀ ਦਿੱਤਾ ਸਾਨੂੰ ਹਾਸਲ ਹੁੰਦਾ। ਸੋ ਉਹ ਸਭ ਕੁਛ ਉਸ ਦੇ ਅਧੀਨ ਹੈ। ਅਤੇ ਇਹ ਸਾਰੀਆਂ ਗੱਲਾਂ ਕਰਨੀਆਂ, ਦੁੱਖਾਂ ਦੀ ਉੱਥੇ ਚਰਚਾ ਕਰਨੀ ਬਿਲਕੁਲ ਬੇਕਾਰ ਹੈ। ਜਦੋਂ ਸਤ ਸੰਗਤ ਦੇ ਵਿੱਚ ਅਸੀਂ ਬੈਠੀਏ ਤਾਂ ਸਿਰਫ ਪਰਮਾਤਮਾ ਦੇ ਨਾਮ ਦੀ ਵਡਿਆਈ ਅਤੇ ਉਸਦਾ ਸ਼ੁਕਰਾਨਾ ਹੀ ਅਦਾ ਹੋਵੇ, ਅਤੇ ਮਨ ਦੇ ਵਿੱਚ ਹਮੇਸ਼ਾ ਹੀ ਗੁਰੂ ਦੇ ਨਾਲ ਜੁੜਨ ਦਾ ਭਾਵ ਜਿਹੜਾ ਉਹ ਬਣਾਈ ਰੱਖੀਏ। ਸੋ ਇਸ ਪ੍ਰਕਾਰ ਇਸ ਸਲੋਕ ਦੀ ਜਿਹੜੀ ਵਿਆਖਿਆ ਸੀ ਉਹ ਅਸੀਂ ਪੂਰੀ ਕਰਦੇ ਹਾਂ ਅੱਜ ਦੇ ਇਸ ਲੈਕਚਰ ਦੇ ਰਾਹੀਂ। ਅਗਲੀਆਂ ਜਿਹੜੀਆਂ ਰਚਨਾਵਾਂ ਬਚ ਗਈਆਂ ਨੇ ਉਹ ਗੁਰੂ ਅੰਗਦ ਦੇਵ ਜੀ ਦੀ ਰਚਨਾ ਭਾਗ 2 ਜਿਹੜਾ ਲੈਕਚਰ ਹੋਏਗਾ ਦਸੰਬਰ ਮਹੀਨੇ ਵਿੱਚ, ਉਹਦੇ ਵਿੱਚ ਅਸੀਂ ਇਹ ਕਰਾਂਗੇ। ਸੋ ਬੱਚਿਓ, ਤੁਹਾਨੂੰ ਬਾਖੂਬੀ ਮੈਂ ਦੱਸ ਦਿੱਤਾ ਕਿ ਇਸ ਪੋਰਸ਼ਨ ਦੇ ਵਿੱਚੋਂ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਪੁੱਛੀ ਜਾਣੀ ਆ, ਪ੍ਰਸੰਗ ਕਿਵੇਂ ਲਿਖਣਾ ਉਹਦੇ ਬਾਰੇ ਵੀ ਆਪਾਂ ਗੱਲ ਕੀਤੀ, ਅਤੇ ਵਿਆਖਿਆ ਜਿਹੜੀ ਆ ਉਹ ਪੂਰੇ ਪੂਰੇ ਵਾਕਾਂ ਦੇ ਵਿੱਚ ਲਿਖਣੀ ਆ, ਵਾਕਾਂ ਨੂੰ ਖਤਮ ਕਰਕੇ ਪੂਰਨ ਵਿਸ਼ਰਾਮ ਲਾਉਣਾ। ਜਿੰਨੀਆਂ ਤੁਕਾਂ ਨੇ ਘੱਟੋ ਘੱਟ ਓਨੇ ਵਾਕ ਤਾਂ ਜ਼ਰੂਰ ਬਣਨਗੇ, ਉਸ ਤੋਂ ਵੱਧ ਹੀ ਬਣਨਗੇ। ਸੋ ਇਹ ਖਿਆਲ ਰੱਖਣਾ, ਪੂਰਾ ਲੰਬਾ ਲੇਖ ਨਹੀਂ ਲਿਖ ਜਾਣਾ ਵਿਆਖਿਆ ਦੇ ਵਿੱਚ, ਬਹੁਤ ਧਿਆਨ ਰੱਖਿਆ ਕਰੋ, ਸੰਖੇਪਤਾ ਦਾ ਗੁਣ ਜ਼ਰੂਰ ਹੋਣਾ ਚਾਹੀਦਾ। ਅਤੇ ਇਸ ਪੋਰਸ਼ਨ ਦੇ ਵਿੱਚੋਂ ਅਗਲੀ ਜਿਹੜੀ ਗੱਲ ਆ, ਤੁਹਾਨੂੰ ਵਸਤੂ ਨਿਸ਼ਠ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਨੇ, ਕਿਉਂਕਿ ਵਿੱਚੋਂ ਕਿਸ ਨੂੰ ਕੀ ਕਿਹਾ ਗਿਆ ਹੈ, ਗੁਰੂ ਜੀ ਵੱਲੋਂ ਕਿਸ ਚੀਜ਼ ਨੂੰ ਵਡਿਆਇਆ ਗਿਆ, ਜਿਹੜੇ ਛੋਟੇ ਉੱਤਰਾਂ ਵਾਲੇ ਇੱਕ ਇੱਕ ਨੰਬਰ ਵਾਲੇ ਪ੍ਰਸ਼ਨ ਹੁੰਦੇ ਨੇ, ਉਹ ਵੀ ਇਸ ਪੋਰਸ਼ਨ ਦੇ ਵਿੱਚੋਂ ਪੁੱਛੇ ਜਾਣੇ ਨੇ। ਸੋ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦਾ ਇਹ ਪਾਠ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਹੋਏਗਾ ਅਤੇ ਨੋਟਸ ਵੀ ਬਣਾਏ ਹੋਣਗੇ, ਅਤੇ ਦੁਬਾਰਾ ਇਸ ਟੌਪਿਕ ਨੂੰ ਪੜ੍ਹ ਕੇ ਜ਼ਰੂਰ ਚੰਗੀ ਤਰ੍ਹਾਂ ਨਾਲ ਹੋਰ ਤਿਆਰੀ ਜਿਹੜੀ ਆ ਉਹ ਕਰ ਲਵੋਗੇ। ਅਤੇ ਜੇ ਕੋਈ ਮੁਸ਼ਕਲ ਆਉਂਦੀ ਆ ਤਾਂ ਆਪਣੇ ਲੈਕਚਰਰ ਜਿਹੜੇ ਸੰਬੰਧਿਤ ਵਿਸ਼ਾ ਅਧਿਆਪਕ ਨੇ ਉਹਨਾਂ ਕੋਲੋਂ ਜਾਣਕਾਰੀ ਤੁਸੀਂ ਹਾਸਿਲ ਕਰ ਲਵੋਗੇ।